ਸਾਡੇ ਕੋਲ ਅਗਲਾ ਫੇਸਬੁੱਕ ਮੈਸੇਜ ਪਾਲੀ ਗਰੇਵਾਲ ਜੀ ਦਾ ਆਇਆ ਹੈ ਐਡਮਿੰਟਨ ਕੈਨੇਡਾ ਤੋਂ। ਇਹ ਲਿਖਦੇ ਹਨ, ਅਸੀਂ ਖਾਲਿਸਤਾਨ ਤੇ ਆਪਣੇ ਮੁਲਕ ਦਾ ਨਾਮ ਪੰਜਾਬ ਕਿਉਂ ਨਹੀਂ ਰੱਖਦੇ? ਪੰਜਾਬ ਨਾਮ ਨਾਲ ਸਾਡਾ ਸਾਰਾ ਇਤਿਹਾਸ ਜੁੜਿਆ ਹੋਇਆ ਹੈ, ਸਾਡੀ ਭਾਸ਼ਾ ਤੇ ਹੋਰ ਪੰਜ ਦਰਿਆਵਾਂ ਦੀ ਪ੍ਰਤੀਨਿਧਤਾ ਇੱਕਦਮ ਖਤਮ ਕਰਨੀ ਠੀਕ ਨਹੀਂ ਜਾਪਦਾ। ਇਹ ਐਵੇਂ ਲੱਗਦਾ ਹੈ ਕਿ ਮੈਂ 20 ਸਾਲ ਤੱਕ ਅਸਲ ਨਾਮ ਨਾਲ ਜ਼ਿੰਦਗੀ ਬਿਤਾਈ ਤੇ ਜਦ 21 ਦਾ ਹੋਇਆ ਤਾਂ ਘਰਦਿਆਂ ਨੇ ਨਾਮ ਹੀ ਬਦਲ ਦਿੱਤਾ। ਕਿਰਪਾ ਕਰਕੇ ਪੰਜਾਬ ਨੂੰ ਨਾ ਭੁੱਲਿਆ ਜਾਵੇ ਤੇ ਇਸ ਦੀ ਵਿਰਾਸਤ ਨੂੰ ਕਾਇਮ ਰੱਖਿਆ ਜਾਵੇ। ਨਕਸ਼ੇ 'ਚੋਂ ਪੰਜਾਬ ਗਾਇਬ ਕਰਨਾ ਚੰਗਾ ਨਹੀਂ ਹੋਵੇਗਾ। ਖਾਲਿਸਤਾਨ ਇੰਝ ਜਪਦਾ ਹੈ ਜਿਵੇਂ ਸਿਰਫ ਸਿੱਖਾਂ ਲਈ ਹੋਵੇ। ਮੈਂ ਹਿੰਦੁਸਤਾਨ ਤੋਂ ਨਫ਼ਰਤ ਕਰਦਾ ਹਾਂ ਕਿਉਂਕਿ ਇਹ ਹਿੰਦੂਆਂ ਨੂੰ ਰੀਪ੍ਰੈਜ਼ੈਂਟ ਕਰਦਾ ਹੈ, ਸਿੱਖਾਂ, ਈਸਾਈਆਂ ਅਤੇ ਮੁਸਲਮਾਨਾਂ ਨੂੰ ਨਹੀਂ। ਇੰਡੀਆ ਠੀਕ ਲੱਗਦਾ ਹੈ, ਇਸੇ ਤਰ੍ਹਾਂ ਖਾਲਿਸਤਾਨ ਨੂੰ ਦੂਸਰੇ ਧਰਮਾਂ ਦੇ ਲੋਕ ਨਫ਼ਰਤ ਕਰਨਗੇ ਪਰ ਪੰਜਾਬ ਨੂੰ ਪਿਆਰ ਕਰਨਗੇ। ਪਾਲੀ ਗਰੇਵਾਲ ਜੀ ਦਾ ਬਹੁਤ ਬਹੁਤ ਸ਼ੁਕਰੀਆ, ਉਹਨਾਂ ਨੇ ਸਾਨੂੰ ਐਡਮਿੰਟਨ ਕੈਨੇਡਾ ਤੋਂ ਲਿਖਿਆ। ਵੈਸੇ ਜੇ ਉਹ ਸ਼ਬਦ ਪੰਜਾਬ ਦੇ ਨਾਲ ਜੁੜੇ ਹੋਏ ਉਸ ਦੇ ਮਤਲਬ ਵੱਲ ਧਿਆਨ ਦਿੰਦੇ ਤਾਂ ਫਿਰ ਉਹਨਾਂ ਨੂੰ ਇਹ ਲੱਗਣਾ ਸੀ ਕਿ ਵੀ ਇਨਫੈਕਟ ਅੱਜ ਦਾ ਪੰਜਾਬ ਜਿਹੜਾ ਦੋਨੋਂ ਪਾਸੇ ਹੀ ਉਹ ਵੀ ਪੰਜਾਬ ਨਾਂ ਦੇ ਨਾਲ ਅਨਿਆਂ ਕਰਦਾ, ਇਨਸਾਫ਼ ਨਹੀਂ। ਆਬ ਫਾਰਸੀ ਦਾ ਸ਼ਬਦ ਹੈ, ਪੰਜ ਪੰਜ ਹੈ, ਪੰਜ ਦਰਿਆ, ਪੰਜ ਪਾਣੀ। ਔਰ ਇਸ ਲਈ ਪ੍ਰੋਫੈਸਰ ਮੋਹਨ ਸਿੰਘ ਇੱਕ ਬੜੇ ਸੈਲੀਬ੍ਰੇਟਿਡ ਕਵੀ ਹੋਏ ਨੇ, ਉਹਨਾਂ ਨੇ ਇੱਕ ਬੜਾ ਲੰਬਾ ਵਕਤ ਮੈਗਜ਼ੀਨ ਚਲਾਇਆ, ਸ਼ਾਇਦ ਹੁਣ ਵੀ ਚੱਲਦਾ ਹੋਇਆ, ਉਹ ਸੀ ਪੰਜ ਪਾਣੀ। ਸੋ ਇਹ ਪੰਜ ਪਾਣੀਆਂ ਦੀ ਧਰਤੀ ਸਤਲੁਜ, ਬਿਆਸ, ਰਾਵੀ, ਚਨਾ, ਜੇਹਲਮ ਜਿਹੜੀ ਕਿ 1947 ਦੇ ਵਿੱਚ ਵੰਡੀ ਗਈ। ਸਤਲੁਜ, ਬਿਆਸ ਅਤੇ ਰਾਵੀ ਉਹ ਇਸ ਪਾਸੇ ਆਏ ਔਰ ਚਨਾਬ ਅਤੇ ਜੇਹਲਮ ਉੱਧਰ ਗਏ। ਰਾਵੀ ਵੀ ਇੱਧਰੋਂ ਜਾ ਕੇ ਪੰਜਾਬ ਦੇ ਵਿੱਚ ਪਾਕਿਸਤਾਨੀ ਕਰਦੀ ਹੈ। ਸਤਲੁਜ ਵੀ ਜਿਹੜਾ ਫਿਰੋਜ਼ਪੁਰ ਤੋਂ ਜਿਹੜਾ ਉਹ ਦਾਖਲ ਹੋ ਜਾਂਦਾ ਹੈ ਪਾਕਿਸਤਾਨ ਵਾਲੇ ਪਾਸੇ। ਪੰਜ ਨਦ ਦੀ ਥਾਂ 'ਤੇ ਮਿਲਦੇ ਨੇ ਔਰ ਬਿਆਸ ਜਿਹੜਾ ਉਹ ਸਾਡੇ ਚੜ੍ਹਦੇ ਪੰਜਾਬ ਦੇ ਵਿੱਚ ਹਰੀਕੇ ਦੇ ਉੱਤੇ ਸਤਲੁਜ ਦੇ ਨਾਲ ਮਿਲਦਾ। ਸੋ ਜ਼ਾਹਰ ਹੈ ਕਿ ਨਾ ਅੱਜ ਪਾਕਿਸਤਾਨ ਵਾਲਾ ਪੰਜਾਬ ਜਿਹੜਾ ਉਹ ਪੰਜਾਬ ਹੈ, ਉੱਥੇ ਪੰਜ ਦਰਿਆ ਨੇ, ਨਾ ਸਾਡੇ ਪੰਜਾਬ 'ਚ ਨੇ। ਦੂਸਰੀ ਗੱਲ, ਇਤਿਹਾਸ ਤਾਂ ਇਤਿਹਾਸ ਰਹਿੰਦਾ, ਉਹ 5-6 ਹਜ਼ਾਰ ਸਾਲ ਦਾ ਜਦੋਂ ਤੋਂ ਇੰਡਸ ਵੈਲੀ ਸਿਵਲਾਈਜੇਸ਼ਨ, ਸਿੰਧੂ ਘਾਟੀ ਦੀ ਸੱਭਿਅਤਾ ਜਿਹਨੂੰ ਕਹਿੰਦੇ ਸੀ, ਉਹਦੇ ਨਾਲ ਜੁੜਿਆ। ਨਕਸ਼ੇ ਬਦਲਦੇ ਰਹੇ, ਨਾਂ ਵੀ ਬਦਲਦੇ ਰਹੇ, ਕਦੇ ਸਪਤ ਸਿੰਧੂ ਸੀ, ਪੰਜਾਬ ਵੀ ਕੋਈ ਪੰਜਾਬੀ ਜ਼ਬਾਨ ਵਾਲਿਆਂ ਨੇ, ਲੋਕਲ ਨੇ ਨਹੀਂ ਸੀ ਰੱਖਿਆ, ਫਾਰਸੀ ਵਾਲਿਆਂ ਨੇ ਆ ਕੇ ਰੱਖਿਆ। ਔਰ ਅੱਜ ਵੀ ਕੋਈ ਇਹ ਨਹੀਂ ਹੈ ਕਿ ਜਦੋਂ ਅਸੀਂ ਦੋਨਾਂ ਹੀ ਪੰਜਾਬਾਂ ਨੇ ਆਪਣੇ ਨਾਂ ਦੇ ਨਾਲ ਆਪਣੇ ਪੰਜਾਬ ਸੂਬਾ ਉਹਨਾਂ ਦਾ ਵੀ ਇੱਧਰ ਕੋਈ, ਹੁਣ ਅਸੀਂ ਕਹਿਣ ਨੂੰ ਚੜ੍ਹਦਾ ਪੰਜਾਬ ਜਾਂ ਲਹਿੰਦਾ ਪੰਜਾਬ, ਪੂਰਬੀ ਪੰਜਾਬ ਜਾਂ ਪੱਛਮੀ ਪੰਜਾਬ, ਉਹ ਤਾਂ ਪੰਜਾਬ ਹੀ ਕਹਿੰਦੇ ਨੇ। ਸੋ ਰਾਦਰ ਇਹ ਵੀ ਇੱਕ ਵੱਡਾ ਕਨਫਿਊਜ਼ਨ ਹੈ ਕਿ ਵੀ ਉੱਧਰਲਾ ਵੀ ਪੰਜਾਬ ਹੈ, ਇੱਧਰਲਾ ਵੀ ਪੰਜਾਬ ਹੈ, ਪਾਕਿਸਤਾਨ ਦਾ ਵੀ ਸਭ ਤੋਂ ਜ਼ਿਆਦਾ ਆਬਾਦੀ ਪੰਜਾਬ ਦੇ ਵਿੱਚ ਹੈ। ਸੋ ਇਹ ਉਹਨਾਂ ਨੇ ਆਪਣੇ ਨਾਂ ਨਾਲ ਜੋੜ ਕੇ ਕਿਹਾ ਕਿ ਜੀ ਜੇ 20 ਸਾਲ ਦੇ ਬਾਅਦ ਮੈਂ ਨਾਂ ਬਦਲਾਂ। ਹੁਣ ਪਹਿਲੀ ਗੱਲ ਤਾਂ ਇਹ ਹੈ ਕਿ ਬੰਦੇ ਦੇ ਨਾਂ ਬਦਲਣ 'ਚ ਔਰ ਉਹਦੇ 'ਚ ਵੀ ਤੁਹਾਡੇ ਕੋਲ ਹੱਕ ਹੁੰਦਾ ਹੈ, ਅਮਰੀਕਾ 'ਚ, ਸ਼ਾਇਦ ਕੈਨੇਡਾ 'ਚ ਵੀ ਹੋਏਗਾ। ਜਦੋਂ ਤੁਸੀਂ ਸਿਟੀਜ਼ਨ ਬਣਦੇ ਹੋ, ਜੇ ਤੁਹਾਡੇ ਨਾਂ ਨਾਲ ਕੁਛ ਐਸਾ ਜੁੜਿਆ ਜਿਹਦੇ ਨਾਲ ਤੁਸੀਂ ਅਨਕੰਫਰਟੇਬਲ ਹੋ, ਭਾਵੇਂ ਤੁਹਾਡਾ ਪਿਛੋਕੜ ਹੀ ਹੋਏ ਜਾਂ ਤੁਹਾਡੇ 'ਤੇ ਜ਼ੁਲਮ ਹੋਏ ਔਰ ਤੁਹਾਨੂੰ ਲੱਗਦਾ ਵੀ ਇੱਥੇ ਵੀ ਤੁਹਾਨੂੰ ਕੋਈ ਟਰੇਸ ਨਾ, ਸੋ ਇੱਥੇ ਇਹਨਾਂ ਨੇ ਉਹ ਆਪਸ਼ਨ ਦਿੱਤੀ ਰੱਖੀ। ਸੋ ਅਸੀਂ ਸਮਝਦੇ ਹਾਂ ਕਿ ਜ਼ਾਹਰ ਹੈ ਕਿ ਜਿਹੜਾ ਸ਼ਬਦ ਜਦੋਂ ਅਸੀਂ ਖਾਲਿਸਤਾਨ ਦਾ ਇਸਤੇਮਾਲ ਕਰਦੇ ਹਾਂ, ਜਾਂ ਹੁਣ ਪਾਕਿਸਤਾਨ ਦੇ ਵਿੱਚ ਪਾਕਿਸਤਾਨ ਦਾ ਸ਼ਬਦ ਇਸਤੇਮਾਲ ਕੀਤਾ ਗਿਆ ਪਾਕਿਸਤਾਨ ਬਣਾਉਣ ਵੇਲੇ, ਸੋ ਉਹਦਾ ਮਤਲਬ ਇਹ ਨਹੀਂ ਸੀ ਕਿ ਉਹਦੇ 'ਚ ਦੂਸਰਿਆਂ ਲਈ ਥਾਂ ਨਹੀਂ ਹੈ। ਸੋ ਜ਼ਾਹਰ ਹੈ ਕਿ ਜਿਹੜਾ ਪੰਜਾਬ 47 'ਚ ਸੀ ਉਹ ਮਜ਼ਹਬ ਦੇ ਨਾਂ 'ਤੇ ਵੰਡਿਆ ਗਿਆ, ਧਰਮ ਦੇ ਨਾਂ 'ਤੇ ਵੰਡਿਆ ਗਿਆ। ਮੁਸਲਮਾਨ ਮੈਜੋਰਿਟੀ ਜਿਹੜੇ ਡਿਵੀਜ਼ਨ ਸਨ ਉਹ ਉੱਧਰ ਰਹੇ, ਜਿਹੜੇ ਉੱਥੇ ਰਹਿੰਦੇ ਵੀ ਸੀ ਸਿੱਖ ਹਿੰਦੂ, ਉਹਨਾਂ ਨੂੰ ਇੱਧਰ ਆਉਣਾ ਪਿਆ। ਇਸੇ ਤਰ੍ਹਾਂ ਜਿਹੜੇ ਇੱਧਰ ਮੁਸਲਮਾਨ ਰਹਿੰਦੇ ਸਨ ਉਹਨਾਂ ਨੂੰ ਜਾਣਾ ਪਿਆ। ਹੁਣ ਜਦੋਂ ਇਹਨਾਂ ਨੇ ਨਾਂ ਉਹਦਾ ਇੰਡੀਆ ਰੱਖਿਆ, ਨਾਂ ਰੱਖਣ ਨੂੰ ਤਾਂ ਬੇਸ਼ੱਕ ਭਾਰਤ ਕੋਈ ਉਹਦਾ ਅਫੀਸ਼ਲ ਨਾਂ ਨਹੀਂ ਹੈ, ਪਰ ਇਹਦੇ ਬਾਵਜੂਦ ਜਿਹੜਾ HMT ਔਰ ਦੂਸਰੇ ਈਵਨ ਹਿੰਦੁਸਤਾਨ ਸ਼ਬਦ ਕੋਈ ਅਫੀਸ਼ਲ ਨਾਂ ਨਹੀਂ ਹੈ, ਲੇਕਿਨ ਇਸਤੇਮਾਲ ਹੁੰਦਾ ਕਿਉਂਕਿ ਉਦੋਂ ਹਿੰਦੁਸਤਾਨ ਨਹੀਂ ਅਸੀਂ ਕਹਿੰਦੇ। ਮੈਂ ਵੀ ਕਈ ਵਾਰ ਆਪਣੀ ਲੈਂਗੁਏਜ 'ਚ ਜ਼ਿਆਦਾ ਹਿੰਦੁਸਤਾਨ ਵਰਤਦਾ। ਸੋ ਇਹ ਹਿੰਦੀ ਦੀ ਸੈਂਸ 'ਚ ਸੀ ਕਿ ਹਿੰਦ ਦੇ ਵਾਸੀ, ਕਿਉਂਕਿ ਇਹ ਸ਼ਬਦ ਇਸਤੇਮਾਲ ਹੁੰਦਾ ਰਿਹਾ ਫਾਰ ਲੌਂਗ। ਪਹਿਲੇ ਪਾਤਸ਼ਾਹ ਨੇ ਵੀ ਜਦੋਂ ਉਸ ਬਾਬਰ ਦੇ ਹਮਲੇ ਦੀ ਗੱਲ ਕੀਤੀ ਤਾਂ ਹਿੰਦੁਸਤਾਨ ਸਮਾਲ ਸੀ ਬੋਲਾ ਦੇ ਨਾਲ। ਲੇਕਿਨ ਗੱਲ ਅਲਟੀਮੇਟਲੀ ਸਿਰਫ ਨਾਂ ਨਾਲ ਜੁੜੀ ਹੋਈ ਨਹੀਂ ਹੈ ਕਿ ਜੀ ਉਹਦਾ ਨਾਂ ਤੁਸੀਂ ਪੰਜਾਬ ਰਹਿਣ ਦਿਓ। ਪੰਜਾਬ ਤਾਂ ਅੱਜ ਵੀ ਨਾਂ ਹੈ,
फिर ਕਿਹੜਾ ਅਸੀਂ ਉੱਥੇ ਬਰਾਬਰ ਦੇ ਹੱਕ ਮੰਨ ਰਹੇ ਹਾਂ ਜੋ ਸਾਡੇ ਨਾਲ ਵਾਪਰ ਰਿਹਾ ਗੱਲ ਬੜੀ ਸਪਸ਼ਟ ਹੀ ਹੈ ਸੋ ਅਸੀਂ ਸਮਝਦੇ ਹਾਂ ਵੀ ਖਾਲਿਸਤਾਨ ਜ਼ਾਹਰ ਹੈ ਕਿ ਜਿਹੜੇ ਪੰਜਾਬ ਦੇ ਸਾਡੇ ਹਿੰਦੂ ਭਰਾ ਭੈਣਾਂ ਸੀ ਉਹ ਤਾਂ ਬੋਲੀ ਨੂੰ ਵੀ ਉਹਨਾਂ ਨੇ ਡਿਸਓਨ ਕੀਤਾ ਹਿੰਦੀ ਲਿਖਾਈ ਔਰ ਜੋ ਕੁਛ ਉਹਨਾਂ ਨੇ ਪਿਛਲੇ ਤਿੰਨ ਚਾਰ ਦਹਾਕਿਆਂ 'ਚ ਸਿੱਖਾਂ ਦੀ ਨਸਲ ਕੁਸ਼ੀ 'ਚ ਕੀਤਾ ਉਹਨਾਂ ਲਈ ਤਾਂ ਗੰਗਾ ਜਮਨਾ ਕਲਚਰ ਹੀ ਉਹਨਾਂ ਦਾ ਕਲਚਰ ਹੈ ਪਾਕਿਸਤਾਨੀ ਪੰਜਾਬ 'ਚ ਆਲਰੇਡੀ ਜਿਹੜਾ ਉਹ ਇਸਲਾਮ ਨੂੰ ਮੰਨਣ ਵਾਲੇ ਮੈਜੋਰਿਟੀ 'ਚ ਨੇ ਉਹਨਾਂ ਦਾ ਮੁਲਕ ਹੈ ਪਾਕਿਸਤਾਨ ਸੋ ਮੈਂ ਸਮਝਦਾ ਹਾਂ ਵੀ ਜਿੱਥੇ ਪੰਜਾਬੀ ਸੂਬਾ ਬਣਾਉਣ ਲਈ ਸਿੱਖਾਂ ਨੇ ਕੁਰਬਾਨੀਆਂ ਕੀਤੀਆਂ ਨੇ ਅੱਜ ਪਿਛਲੇ ਤਿੰਨ ਦਹਾਕਿਆਂ ਤੋਂ ਅਸੀਂ ਆਪਣੀ ਇੱਕ ਜਨਰੇਸ਼ਨ ਮਰਵਾ ਲਈ ਗਵਾ ਲਈ ਦੂਜੀ ਨੂੰ ਮਾਰਨ ਦੀਆਂ ਤਿਆਰੀਆਂ ਨੇ ਅਤੇ ਅਸੀਂ ਆਪਣੇ ਕੌਮੀ ਉਸ ਘਰ ਨੂੰ ਕਿਉਂ ਨਹੀਂ ਕਹਿ ਸਕਦੇ ਜਿਸ ਖਾਲਿਸਤਾਨ ਜਿਹਦੇ ਲਈ ਆਲਰੇਡੀ ਇੰਨੀਆਂ ਕੁਰਬਾਨੀਆਂ ਦੇ ਕੇ ਹੀ ਜਿਹੜਾ ਇਸ ਦਾ ਨਾਂ ਸਰਬੱਤ ਖਾਲਸਾ ਨੇ ਖਾਲਿਸਤਾਨ ਰੱਖੇ ਜੀ ਸੋ ਬਾਕੀ ਇਹ ਨਹੀਂ ਹੈ ਤੁਸੀਂ ਰਿਪਬਲਿਕ ਆਫ ਖਾਲਿਸਤਾਨ ਅਸੀਂ ਅਫੀਸ਼ੀਅਲ ਨਾਂ ਰੱਖਾਂਗੇ ਰਿਪਬਲਿਕ ਦਾ ਮਤਲਬ ਹੋਏਗਾ ਕਿ ਭਾਈ ਸਾਰਿਆਂ ਦੇ ਲਈ ਹੈ ਲੋਕਾਂ ਦੇ ਲਈ ਹੈ ਸੋ ਮੈਂ ਸਮਝਦਾ ਵੀ ਇਸ ਗੱਲ ਦੀ ਬਜਾਏ ਇਸ ਗੱਲ ਵੱਲ ਧਿਆਨ ਦਈਏ ਕਿ ਕਿਵੇਂ ਅਸੀਂ ਆਪਣਾ ਦੇਸ਼ ਇੰਡੀਅਨ ਆਕੂਪਾਈਡ ਜਿਹੜਾ ਅੱਜ ਪੰਜਾਬ ਹੈ ਇੰਡੀਅਨ ਆਕੂਪਾਈਡ ਸਾਡਾ ਫਾਦਰਲੈਂਡ ਹੈ ਉਹਨੂੰ ਅਸੀਂ ਕਿਵੇਂ ਇਹਨਾਂ ਤੋਂ ਆਜ਼ਾਦ ਕਰਵਾ ਸਕਦੇ ਹਾਂ ਇਹ ਅਹਿਮੀਅਤ ਦੀ ਗੱਲ ਹੈ ਨਾ ਕਿ ਹੁਣ ਇਹ ਡਿਬੇਟ ਕਰਨ ਦੀ ਜੀ ਉਹਨੂੰ ਅਸੀਂ ਪੰਜਾਬ ਕਹੀਏ ਜੀ ਜੀ ਇਹਨਾਂ ਦਾ ਸ਼ੁਕਰੀਆ ਪਾਲੀ ਗਰੇਵਾਲ ਜੀ ਦਾ ਜੀ ਡਾਕਟਰ ਸਾਹਿਬ ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਇਤਿਹਾਸਕ ਅਹਿਮੀਅਤ ਅੱਜ ਦੇ ਸਿੱਖ ਇਤਿਹਾਸ ਦੇ ਹਵਾਲੇ ਨਾਲ 1745 'ਚ ਜਦੋਂ ਕਿ ਜ਼ਕਰੀਆ ਖਾਨ ਦਿੱਲੀ ਦਾ ਲਾਹੌਰ ਦਾ ਸੂਬੇਦਾਰ ਮਰ ਗਿਆ ਉੱਥੇ ਇੱਕ ਅਫਰਾ ਤਫਰੀ ਫੈਲੀ ਸੀ ਔਰ ਸਿੱਖਾਂ ਨੇ ਉਹਦੇ 'ਚੋਂ ਆਪਣਾ ਰਾਜਸੀ ਲਾਹਾ ਲੈਣਾ ਚਾਹਿਆ ਔਰ ਲਿਆ ਵੀ ਔਰ ਅੱਜ ਦੇ ਦਿਨ ਜਿਹੜਾ ਸਰਬੱਤ ਖਾਲਸਾ ਹੋਇਆ ਅਕਾਲ ਤਖਤ ਸਾਹਿਬ 'ਤੇ ਨਵਾਬ ਕਪੂਰ ਸਿੰਘ ਹੋਰਾਂ ਨੇ ਲਗਭਗ 30 ਜਥੇ ਜਿਹੜੇ ਸੀ ਉਹ ਸਿੱਖਾਂ ਦੇ ਬਣਾਏ ਤਾਂ ਕਿ ਹੋਰ ਇਲਾਕੇ ਵੀ ਫਤਿਹ ਕੀਤੇ ਜਾਣ ਔਰ ਫਿਊਚਰ ਦੀ ਸਟ੍ਰੈਟਜੀ ਹੋਏ 1944 'ਚ ਜਥੇਦਾਰ ਪ੍ਰੀਤਮ ਸਿੰਘ ਗੋਜਰਾਂ ਅਕਾਲੀ ਲੀਡਰ ਸੀ ਉਹਨਾਂ ਨੇ ਸਿੱਖ ਸਟੇਟ ਦੀ ਮੰਗ ਕੀਤੀ ਪਰ ਕਿਸੇ ਨੇ ਵੀ ਕਦੇ ਲਾਗੂ ਕਰਨ ਵੱਲ ਗੱਲ ਨਹੀਂ ਤੋਰੀ 1981 'ਚ ਭਾਰਤ ਦਾ ਹੋਮ ਮਿਨਿਸਟਰ ਗਿਆਨੀ ਜ਼ੈਲ ਸਿੰਘ ਸੀ ਸੰਤ ਪਿੰਡਾਂ ਵਾਲਿਆਂ ਨੂੰ 20 ਸਤੰਬਰ 1981 ਨੂੰ ਫੜਿਆ ਉਹਨਾਂ ਨੇ ਗ੍ਰਿਫਤਾਰੀ ਦਿੱਤੀ ਸੀ ਲਾਲਾ ਜਗਤ ਨਾਰਾਇਣ ਕਤਲ ਕੇਸ ਉਹਨਾਂ 'ਤੇ ਪਾਇਆ ਗਿਆ ਸੀ ਪਰ ਕਿਉਂਕਿ ਉਹਨਾਂ ਦਾ ਕੋਈ ਸਬੂਤ ਵੀ ਨਹੀਂ ਸੀ ਨਾ ਹੀ ਉਹਨਾਂ 'ਤੇ ਕੋਈ ਪੈਂਦਾ ਸੀ ਸੋ ਅੱਜ ਦੇ ਦਿਨ ਗਿਆਨੀ ਜ਼ੈਲ ਸਿੰਘ ਜਿਹੜਾ ਹੋਮ ਮਿਨਿਸਟਰ ਸੀ ਉਹਨੇ ਪਾਰਲੀਮੈਂਟ ਦੇ ਵਿੱਚ ਕਿਹਾ ਹੈ ਕਿ ਸੰਤ ਪਿੰਡਾਂ ਵਾਲੇ ਨਿਰਦੋਸ਼ ਨੇ ਔਰ ਉਹਨਾਂ ਦਾ ਇਸ ਕੇਸ ਨਾਲ ਕੋਈ ਤਾਲੁਕ ਨਹੀਂ 1985 'ਚ ਜਦੋਂ ਕਿ ਲੌਂਗੋਵਾਲ ਨੂੰ ਮਾਰਿਆ ਗਿਆ ਉਹਨੇ ਰਾਜੀਵ ਨਾਲ ਸਮਝੌਤਾ ਕੀਤਾ ਸੀ ਸੋ ਇੱਕ ਸਿੱਖ ਨੂੰ ਤਾਂ ਉਹਨਾਂ ਨੇ ਹਰਵਿੰਦਰ ਸਿੰਘ ਨੂੰ ਮੌਕੇ ਦੇ ਉੱਤੇ ਹੀ ਪਰਵਿੰਦਰ ਸਿੰਘ ਨੂੰ ਮਾਰ ਦਿੱਤਾ ਸੀ ਔਰ ਇੱਕ ਹੋਰ ਸਿੱਖ ਜਿਹੜਾ ਹਰਵਿੰਦਰ ਸਿੰਘ ਉਹਨੂੰ ਲਗਭਗ 2-3 ਮਹੀਨੇ ਬਾਅਦ ਫਿਰ ਪਟਿਆਲੇ ਦੇ ਰਾਜਿੰਦਰਾ ਹੋਸਪਿਟਲ ਦੇ ਵਿੱਚ ਔਰ ਉਦੋਂ ਕਿਹਾ ਜਾਂਦਾ ਸੀ ਕਿ ਜਿਹੜਾ ਪੁਲਿਸ ਮੁਖੀ ਸੀ ਮਾਂਗਟ ਉਹਦਾ ਲੜਕਾ ਡਾਕਟਰ ਮਾਂਗਟ ਜਿਹੜਾ ਹੈ ਉਹ ਉੱਥੇ ਇੰਚਾਰਜ ਸੀ ਸੋ ਉਹਨਾਂ ਨੇ ਕੋਈ ਗਲਤ ਦਵਾਈ ਵਗੈਰਾ ਦੇ ਕੇ ਉਹਨੂੰ ਮਾਰਿਆ ਬਾਅਦ ਦੇ ਵਿੱਚ ਡਾਕਟਰ ਮਾਂਗਟ ਨੂੰ ਮਾਰ ਦਿੱਤਾ ਗਿਆ ਸੀ ਔਰ ਉਹਦੀ ਜ਼ਿੰਮੇਵਾਰੀ ਜੁਝਾਰੂਆਂ ਨੇ ਲਈ ਸੀ ਉਹਨਾਂ ਨੇ ਕਿਹਾ ਸੀ ਵੀ ਉਹਨਾਂ ਨੇ ਇਸ ਸਿੰਘ ਨੂੰ ਜਿਹੜਾ ਉਹ ਸ਼ਹੀਦ ਕੀਤਾ ਸੀ 1992 'ਚ ਅੱਜ ਦੇ ਦਿਨ ਉਸ ਵੇਲੇ ਦੇ ਡਾਇਰੈਕਟਰ ਜਨਰਲ ਪੁਲਿਸ KP ਗਿੱਲ ਅਤੇ ਪੱਤਰਕਾਰ ਖੁਸ਼ਵੰਤ ਸਿੰਘ ਨੂੰ ਦਮਦਮੀ ਟਕਸਾਲ ਚੌਂਕ ਮਹਿਤਾ 'ਚ ਸਿਰੋਪਾਓ ਦਿੱਤਾ ਗਿਆ ਅਤੇ ਉਹਨਾਂ ਸਿਰੋਪਾਓ ਦੇਣ ਵਾਲਿਆਂ 'ਚ ਉਸ ਵੇਲੇ ਬਾਬਾ ਹਰਨਾਮ ਸਿੰਘ ਧੁੰਮਾ ਜਿਹੜਾ ਮੀਡੀਆ ਜੋ ਆਇਆ ਸੀ ਉਹਨਾਂ ਦਾ ਨਾਂ ਪ੍ਰਮੁੱਖ ਸੀ ਬਾਅਦ ਦੇ ਵਿੱਚ ਇਹ ਸਾਰੇ ਸੱਜਣ ਫਿਰ ਅਮਰੀਕਾ ਆ ਗਏ 2014 ਦੇ ਵਿੱਚ ਬੈਲਜੀਅਮ ਦੀ ਅਦਾਲਤ ਨੇ ਜਿਹੜਾ ਸਿੱਖ ਸਕੂਲ ਵਿਦਿਆਰਥੀ ਸੀ ਉਹਨਾਂ ਦੀ ਦਸਤਾਰ 'ਤੇ ਜਿਹੜੀ ਕਾਨੂੰਨ ਮੁਤਾਬਕ ਲਾਈ ਪਾਬੰਦੀ ਸੀ ਉਹਨੂੰ ਰੱਦ ਕਰ ਦਿੱਤਾ ਵਰਲਡ ਹਿਸਟਰੀ ਦੇ ਹਵਾਲੇ ਨਾਲ 1322 'ਚ ਕਿੰਗ ਬਰੂਸ ਸਕੋਟਲੈਂਡ ਦੇ ਉਹਨੇ ਕਿੰਗ ਐਡਵਰਡ ਇੰਗਲੈਂਡ ਦੇ ਨੂੰ ਹਰਾ ਕੇ ਸਕੋਟਲੈਂਡ ਦੀ ਜਿਹੜੀ ਆਜ਼ਾਦੀ ਦੀ ਮੰਗ ਮਨਵਾਈ ਲੇਕਿਨ ਹਾਲਾਤ ਬਦਲੇ 3 ਸਦੀਆਂ ਬਾਅਦ 1586 'ਚ ਲਗਭਗ ਮੈਰੀ ਕੁਈਨ ਜਿਹੜੀ ਸਕੋਟਸ ਦੀ ਰਾਣੀ ਸੀ ਉਸ ਦੇ ਉੱਤੇ ਇੰਗਲੈਂਡ ਵਾਲਿਆਂ ਨੇ ਜਿਹੜਾ ਟ੍ਰਾਇਲ ਕੰਸਪੀਰੇਸੀ ਦਾ ਸਾਜਿਸ਼ ਦਾ ਚਲਾਇਆ 1774 'ਚ ਪਹਿਲੀ ਕੰਟੀਨੈਂਟਲ ਕਾਂਗਰਸ ਨੇ ਇਹ ਜਿਹੜਾ ਕਲੋਨੀਅਲ ਰਾਈਟਸ ਦੇ ਖਿਲਾਫ ਡੈਕਲਰੇਸ਼ਨ ਦਿੱਤੀ 1834 'ਚ ਹੈਨਰੀ ਬਲੇਅਰ ਪਹਿਲਾ ਕਾਲਾ ਸੀ ਜਿਹਨੇ ਕੋਰਨ ਪਲਾਂਟਰ ਦਾ ਜਿਹੜਾ ਪੇਟੈਂਟ ਹੈ ਉਹ ਰਜਿਸਟਰ ਕਰਵਾਇਆ 1899 'ਚ ਮੋਰਨਿੰਗ ਪੋਸਟ ਦੇ ਰਿਪੋਰਟਰ ਵਿੰਸਟਨ ਚਰਚਲ ਜਿਹੜਾ ਬਾਅਦ 'ਚ ਪ੍ਰਾਈਮ ਮਿਨਿਸਟਰ ਬਣਿਆ ਉਹ ਸਾਊਥ ਅਫਰੀਕਾ 'ਚ ਗਿਆ ਮੋਰਨਿੰਗ ਪੋਸਟ ਲਈ ਕਵਰ ਕਰਨ 1912 'ਚ ਸ਼ਿਕਾਗੋ 'ਚ ਚੋਣ ਰੈਲੀ ਦੌਰਾਨ ਉਸ ਵੇਲੇ ਦੇ ਅਮਰੀਕਾ ਦੇ ਪ੍ਰੈਜੀਡੈਂਟ ਰੂਜ਼ਵੈਲਟ 'ਤੇ ਗੋਲੀ ਮਾਰੀ ਗਈ
पर वो बहुती डूंगी नहीं वजी तो गोली लगन के बावजूद उन्हें हाथ रख के उन्हें अपना लैक्चर जरा कंप्लीट किया। फ्रांस सरकार ने 1914 एक माता हरी ना की स्पाई ये डांसर भी सी एंटरटेनर सी पर भारतीय मूल यदा जुड़द कि इन्हें जरा इनू उन्होंने फ्रांस ने फांसी दी कि जर्मना की जसूस है। 1925 एंटाई फ्रेंच अपराइजिंग डेमस्कस सीरिया दे विच हुई। नाजी जर्मनी 1933 लीग ऑफ नेशन से निकलिया। 1964 अज के दिन मार्टिन लूथर किंग नोबल शांति पर इनाम दिता गया। 1991 बर्मा की आगू सैन सू क्वी नोबल प्राइज दिता गया पीस लई। सो ए वर्ल्ड हिस्ट्री जी डॉक्टर साहब हुण साडे दर्शकां दसो अज दा विचार। अज दे विचार लई बेशक श्लोक तो दो लाइना दा श्लोक संस्कृति मेला पंजवां पर मैं अज जदों इह देख रहा सी मैं क्या भी अज दे पंजाब दे हाकमां ते बादल एंड कंपनी कोड़मे ते किवें इह ढुकदा है और यह श्लोक है दानंग परा पूर्वेण भूचंते मही पते विपरीत बुद्धिंग मारत लोकै नानक चिरंकाल दुख भोगते। हुण ब्राह्मणा ने एक श्लोक है उन्हां दा वह है विनाश काले विपरीत बुद्धे कि जदों बंदे दा विनाश आंदा है उहदी तबाही आंदी है उहदी बुद्धि पुट्ठी हो जांदी वह पुट्ठा ही काम करदा। हालांकि असीं पंजाबी च इहनूं कहिंदे आ वी जदों कुत्ते दी मौत आउंदी है तां उह मसीते चढ़ के मूतदा है फिर वह जिहड़ा उहदा मौलवी दे सिर च मारदा है तां उह कुत्ते दा अंत हो जांदा। हुण यही गल गुरु साहब ने और एक होर पंजाबी दा अखाण है जिहदे जिहदे बारे कहा जांदा तपो राज राजों नरक कि जिहड़े बंदे ने कोई चंगे काम किए होंदे ने तप पेनांस नूं भी कहिंदे ने पूर्वले जन्मां नाल भी जोड़ के कहा जांदा कि राज शक्ति तुहानूं उदों मिलदी है जदों तुसीं कोई चंगे काम किए होंदे ने पर जदों तुसीं राज शक्ति ते आ जांदे हो फिर ऐसियां गलतियां तुहाडे तों हुंदियां जिहड़े सत्ता दे हंकार च हुंदे ने कि फिर उत्थों सीधा नरक दे विच जा के डिगदा इन्ने क गुनाह कर लैंदा है कि उहदे लई नरक तो बिना फिर कोई थां नहीं हुंदी। तां गुरु साहिब फरमांदे ने दानंग परा पूर्वेण कि पहली जिंदगी दे जीवन दे चंगे कम्मां ने जिन्हां दे विच तुसीं दूसरियां दी मदद कीती भूचंते मही पते मही कहिंदे ने राजे नूं कि पहले चंगे कर्मां दा फल तुहानूं इस जीवन दे विच राज मिलिया राज भोगण दा मानण दा तुहानूं मिलिया। विपरीत बुद्धिंग मारत लोकै कि राजे बणदिआं ताकत च आंदिआं तुहाडी अकल पुट्ठी हो गई विपरीत बुद्धे मारत लोकै तुसीं अपने लोकां नूं मारना शुरू कर दित्ता अपने लोकां ते जुल्म करने शुरू कर दित्ते उहनां दे मुढ़ले हक खोहणे शुरू कर दित्ते धन इकट्ठा करना शुरू कर दित्ता और दूसरिआं दा खून चूसना शुरू कर दित्ता नानक चिरंकाल दुख भोगते। गुरु साहब कहिंदे ने वी तुसीं इह काम कर तां लओगे राज शक्ति है तुहाडे कोल तुसीं लोकां नूं मारोगे पर याद रखो कि तुहाडियां फिर इन्हां करतूतां दा चिरंकाल हुंदा लंबा वक्त दुख भोगते कि तुहानूं उस लंबे वक्त लई फिर दुख भोगना पैगा वो कुंभी नरक है जां जिहनूं असीं कई वारी कहिंदे बीजनास जी वो हुण जिहड़े इस किस्म के करन वाले हुंदे ने वह औरंगजेब होए बीते दा वदाली होए अज वो कित्थे उन्हां दे ने वो मंगदे फिरदे ने गलियां दे विच पर जिहड़े सच हक इंसाफ ते खलोंदे ने वह हमेशा ही वह इतिहास का भी हिस्सा बनते ने कौमां दी भी प्रेरणा हुंदे ने और अज हालत इस बादल कोड़मे दा विनाश काले विपरीत बुद्धे कि अज विपरीत बुद्धिंग मारत लोकै फिर दुबारा हाजिर होवांगे तद तक लई मैनूं ते अपना नर्सों आग्या दो बुला दिओ फतेह वाहिगुरु जी का खालसा वाहिगुरु जी की फतेह।